ਐਸਟੀਐਫ ਲੁਧਿਆਣਾ ਨੇ ਗੁਪਤ ਸੂਚਨਾ ਦੇ ਆਧਾਰ ਤੇ ਸੰਬਰਾਲਾ ਚੌਂਕ ਨੇੜੇ ਨਾਕੇਬੰਦੀ ਦੌਰਾਨ ਆਟੋ ਸਵਾਰ ਇੱਕ ਵਿਅਕਤੀ ਨੂੰ 780 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ ਇੱਕ ਇਲੈਕਟ੍ਰੋਨਿਕ ਕੰਡਾ ਅਤੇ 200 ਗ੍ਰਾਮ ਲਿਫਾਫੀਆਂ ਵੀ ਬਰਾਮਦ ਹੋਈਆਂ ਹਨ। ਇਸ ਸੰਬੰਧੀ ਐਸਟੀਐਫ ਇੰਚਾਰਜ ਹਰਵੰਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫਤਾਰ ਵਿਅਕਤੀ ਨੇ ਦੱਸਿਆ ਕਿ ਉਹ ਪਿਛਲੇ ਤਕਰੀਬਨ 15-20 ਸਾਲਾਂ ਤੋਂ ਨਸ਼ੇ ਦੀ ਤਸਕਰੀ ਕਰਦਾ ਆ ਰਿਹਾ ਹੈ ਅਤੇ ਉਸ ਦੇ ਖਿਲਾਫ਼ NDPS ਐਕਟ ਤਹਿਤ 15 ਦੇ ਕਰੀਬ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਗ੍ਰਿਫਤਾਰ ਵਿਅਕਤੀ 12 ਸਾਲ ਦੀ ਸਜ਼ਾ ਵੀ ਕੱਟ ਚੁੱਕਾ ਹੈ। ਐਸਟੀਐਫ ਵੱਲੋਂ ਗ੍ਰਿਫਤਾਰ ਵਿਅਕਤੀ ਦਾ ਰਿਮਾਂਡ ਲੈ ਕੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਕੱਲ੍ਹ ਐਸਟੀਐਫ ਲੁਧਿਆਣਾ ਰੇਂਜ ਦੀ ਟੀਮ ਸਮਰਾਲਾ ਚੌਂਕ ਨਸ਼ੇ ਦੇ ਤਸਕਰਾਂ ਦੇ ਵਿੱਚ ਹਾਜ਼ਰ ਸੀ, ਜਿੱਥੇ ASI ਜਗਤਾਰ ਸਿੰਘ ਨੇ ਮੁਕਰੀ ਦੇ ਆਧਾਰ 'ਤੇ ਇੱਕ ਆਰੋਪੀ ਪ੍ਰੇਮ ਮਸੀਹ, ਜੋ ਮੁਹੱਲਾ ਬੇਅੰਤਪੁਰਾ ਥਾਣਾ ਮੋਤੀ ਨਗਰ ਲੁਧਿਆਣਾ ਦਾ ਰਹਿਣ ਵਾਲਾ, ਇਹਦੇ ਬਰਖਿਲਾਫ਼ ਮੁਕੱਦਮਾ ਨੰਬਰ 102 ਅਧੀਨ ਧਾਰਾ NDPS ਐਕਟ ਥਾਣਾ ASTF 4 ਮੋਹਾਲੀ ਮੁਕਰੀ ਦੇ ਆਧਾਰ 'ਤੇ ਦਰਜ ਕਰਾ ਕੇ ਜਦੋਂ ਮੁਖਬਰ ਵੱਲੋਂ ਦੱਸੀ ਇਤਲਾਹ ਦੇ ਆਧਾਰ 'ਤੇ ਦੋਸ਼ੀ ਨੂੰ ਵਿਰਾਨੇ ਨਾਕਾਬੰਦੀ ਮੁਹੱਲਾ ਬੇਅੰਤਪੁਰਾ ਤੋਂ ਇੱਕ 3-ਵੀਲਰ ਸਮੇਤ ਕਾਬੂ ਕੀਤਾ। ਜਦੋਂ ਇਹਦੇ 3-ਵੀਲਰ ਦੀ ਹਸਵਜਾਰਤਾ ਮਾਨਯੋਗ DSP ਸਾਹਿਬ ਜੀ ਦੀ ਜੇਰ ਨਿਗਰਾਨੀ ਅਤੇ ਹਦਾਇਤ ਪਰ ਤਲਾਸ਼ੀ ਕੀਤੀ ਤਾਂ ਇਹਦੇ ਪਾਸੋਂ 3-ਵੀਲਰ ਦੇ ਟੂਲ ਵਿੱਚ ਲੁਕਾ ਕੇ ਰੱਖੀ ਹੋਈ 780 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰੋਨਿਕ ਕੰਡਾ ਅਤੇ ਜਿਹਦੇ ਵਿੱਚ ਇਹ ਪਾ ਕੇ ਹੈਰੋਇਨ ਪਾ ਕੇ ਸਪਲਾਈ ਕਰਦਾ, ਉਹ ਕਰੀਬ 200 ਥੈਲੀਆਂ ਬਰਾਮਦ ਕੀਤੀਆਂ। ਇਹਨੂੰ ਦੋਸ਼ੀ ਨੂੰ ਉਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ, ਜਿਸ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅਸੀਂ ਪੁਲਿਸ ਰਿਮਾਂਡ ਹਾਸਲ ਕਰਕੇ ਇਹਦੇ ਸਾਥੀਆਂ ਬਾਰੇ ਪਤਾ ਲਗਾ ਰਹੇ ਹਾਂ। ਜਦੋਂ ਇਹਨੇ ਪੁੱਛਗਿੱਛ 'ਤੇ ਦੱਸਿਆ ਵੀ ਕਰੀਬ ਇਹ 15-20 ਸਾਲ ਤੋਂ ਨਸ਼ੇ ਦੀ ਤਸਕਰੀ ਦਾ ਕੰਮ ਕਰਦਾ ਆ ਰਿਹਾ, ਇਹਦੇ ਬਰਖਿਲਾਫ਼ ਲਗਭਗ 1.5 ਦਰਜਨ ਦੇ ਮੁਕੱਦਮੇ NDPS ਐਕਟ, ਸ਼ਰਾਬ ਦੀ ਤਸਕਰੀ, ਲੁੱਟਾਂ, ਚੋਰੀਆਂ, ਖੋਹਾਂ, ਡਕੈਤੀਆਂ ਵਗੈਰਾ ਦੇ ਦਰਜ ਨੇ, ਜਿਹੜਾ 10-12 ਸਾਲ ਪਹਿਲਾਂ ਵੀ ਜੇਲ੍ਹ ਕੱਟ ਚੁੱਕਾ ਹੈ। ਇਹਨੇ ਪੁੱਛਗਿੱਛ 'ਤੇ ਦੱਸਿਆ ਵੀ ਇਹ ਭਾਰੀ ਮਾਤਰਾ ਦੇ ਵਿੱਚ ਹੈਰੋਇਨ ਆਪ ਵੀ ਸੇਵਨ ਕਰਦਾ, ਜਿਹਦੀ ਪੂਰਤੀ ਕਰਕੇ ਕਹਿੰਦਾ ਮੈਂ ਇਹਨੂੰ ਵੇਚਣ ਦਾ ਕੰਮ ਸ਼ੁਰੂ ਕਰ ਲਿਆ। ਇਹਦੇ ਬਰਖਿਲਾਫ਼ ਜਿਸ ਤਰ੍ਹਾਂ ਮੁੱਢਲੀ ਪੁੱਛਗਿੱਛ ਤੋਂ ਸਾਹਮਣੇ ਆਇਆ ਵੀ ਹਿਮਾਚਲ, ਲੁਧਿਆਣਾ ਅਤੇ ਹੋਰ ਵੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਪਰਚੇ ਦਰਜ ਨੇ, ਜਿਹੜਾ ਇਹਨੇ ਦੱਸਿਆ ਵੀ ਲੁਧਿਆਣਾ ਅਤੇ ਲੁਧਿਆਣੇ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕਰਦਾ।